ਸਾਡੇ ਮੁਮਤਾਜ਼ ਜੀ ਸਟੇਜ ਦਿੱਤੀ। ਸਭ ਤੋਂ ਪਹਿਲਾਂ ਮਾਲਵਾ ਵਿਰਾਸਤ ਕਲਾ ਮੰਚ ਪੰਜਾਬ ਦੇ ਜਿੰਨੇ ਸਾਡੇ ਇੱਥੇ ਅਹੁਦੇਦਾਰ ਦੋਸਤ ਮਿੱਤਰ ਵੱਖ ਵੱਖ ਸ਼ਹਿਰਾਂ ਚੋਂ ਆਏ ਹੋਏ ਸਾਡੇ ਬਲਾਕ ਪ੍ਰਧਾਨ ਔਰ ਬਲਾਕ ਦੇ ਵਿੱਚ ਬੜੇ ਸਜੱਜੇ ਨਾਲ ਮਾਲਵਾ ਵਿਰਾਸਤ ਕਲਾ ਮੰਚ ਨੂੰ ਤੋਰਨ ਵਾਲੇ ਸਾਰਿਆਂ ਨੂੰ ਭਿੰਦਰ ਜੈਤੋ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰੀ ਛੋਟੀ ਭੈਣ ਦੀਪ ਜੀ ਸੇਖੋਂ ਸਾਹਿਬ ਬੈਠੇ ਹਨ, ਉਹਨਾਂ ਦੇ ਨਾਲ ਮੇਰਾ ਵੱਡਾ ਵੀਰ ਛੋਟਾ ਵੀਰ ਉਮਰ ਦੇ ਮੁਤਾਬਕ ਹੀ ਕਹਿ ਦਿੰਦੇ ਮੇਰਾ ਵੀਰ ਹਰਿੰਦਰ ਜੀ, ਭਾਈ ਭੋਲਾ ਜੀ ਉਹਨਾਂ ਦੇ ਨਾਲ ਸਾਡੇ ਬਾਈ ਜੀ ਔਰ ਜਿਹਨਾਂ ਦੋਸਤ ਮਿੱਤਰ ਹੋਰ ਸਾਰੇ ਆਇਆ ਮੇਰੇ ਇਲਾਕੇ ਦੇ ਮੇਰੇ ਇਸ ਮੁਹੱਲੇ ਦੇ ਮੇਰੀਆਂ ਭੈਣਾਂ ਮੇਰੀ ਮਾਤਾ ਜਸਵੀਰ ਕੌਰ ਜੀ ਸਾਹਮਣੇ ਬੈਠੇ ਹਨ, ਮਿਹਰਬਾਨੀ ਲਓ ਜ਼ਿਆਦਾ ਟਾਈਮ ਆਪਾਂ ਨਾ ਲਾਉਂਦੇ ਹੋਈਏ ਕਿਉਂਕਿ ਕਈ ਵਾਰੀ ਤਾਂ ਸਾਡੇ ਕਲਾਕਾਰ ਪਹਿਲਾਂ ਜਾਣ ਕੇ ਕਹਿਣ ਲੱਗ ਜਾਂਦੇ ਬਾਈ ਜੀ ਮੈਨੂੰ ਪਹਿਲਾਂ ਟਾਈਮ ਦੇ ਦਿਓ ਵੀ ਉਹਦਾ ਅਗਲੇ ਪ੍ਰੋਗਰਾਮ 'ਤੇ ਜਾਣਾ, ਪਰ ਇਹ ਨਿਰੋਲ ਸੱਚ ਆ ਵੀ ਮੈਂ 4 ਵਜੇ ਜਾਣਾ ਹੀ ਜਾਣਾ। ਮਿਹਰਬਾਨੀ ਹਾਂਜੀ, ਸਿਆਣੇ ਕਹਿੰਦੇ ਆ ਵੀ ਜਿਹਦਾ ਵਿਆਹ ਹੋਵੇ ਉਹਦੀ ਘੋੜੀ ਲਾਜ਼ਮੀ ਗਾਉਣੀ ਚਾਹੀਦੀ ਆ। ਅੱਜ ਉਸ ਧੀਆਂ ਦਾ ਅਸੀਂ ਆਏ ਸਾਲ ਮਾਲਵਾ ਵਿਰਾਸਤ ਮੰਚ ਵੱਲੋਂ ਦਿਨ ਮਨਾਉਣੇ ਆ। ਲਓ ਉਹਨਾਂ ਨੂੰ ਮੁੱਖ ਰੱਖਦੇ ਹੋਏ ਬੀਬਾ ਸੁਖਜੀਤ ਆਪਣੇ ਮਨਪਸੰਦ ਸੋਲੋ ਗੀਤ ਲੈ ਕੇ ਸਟੇਜ ਦੀ ਕਰਦੀ। ਹਲੋ 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 ਬਹੁਤ ਪਿਆਰੀ ਸਾਊਂਡ। ਅੱਜ ਸਾਰੇ ਸਾਊਂਡ ਵਾਲੇ ਇੱਕ ਭੂਰੀ ਤੇ ਕਾਠੀ ਆ ਜੀਵਨ ਭੁੱਲਰ ਸਾਊਂਡ, ਕਿਉਂਕਿ ਇਹ ਮੰਚ ਆ ਇਹ ਸਭ ਦਾ ਸੰਗ ਆ। ਮੈਂ ਆਵਾਜ਼ ਵਧਾਉਣ ਨੂੰ ਆਖਿਆ, ਸੀਟੀਆਂ ਮਾਰਨ ਨੂੰ ਨਹੀਂ ਆਖਿਆ। ਹਾਂਜੀ ਓਕੇ ਜੀ। ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਮੈਂ ਬਹੁਤ ਬਹੁਤ ਤੁਹਾਨੂੰ ਧੰਨਵਾਦ ਕਰਦੀ ਹਾਂ ਜੀ। ਮਾਲਵਾ ਵਿਰਾਸਤ ਕਲਾ ਮੰਚ ਤੇ ਧੀਆਂ ਦੀ ਲੋਹੜੀ ਹੈ ਨਾ ਜੀ, ਜਾਵਾਂ ਨਾਲ ਨਾ ਕਿਸੇ ਨੇ ਨਿੰਮ ਬਨੇ। ਛੋਟੀ ਜੀ ਕੋਸ਼ਿਸ਼ ਹੈ ਜੀ, ਅੱਛਾ ਲੱਗਿਆ ਜਾ। ਚਾਵਾਂ ਨਾਲ ਨਾ ਕਿਸੇ ਨੇ ਨਿੰਮ ਬਨੇ, ਨਾ ਬੂਹੇ ਦਿਲ ਚੋਇਆ ਬਾਬਲਾ। ਧੀਆਂ ਜੰਮੀਆਂ
ਸਾਡੇ ਮਾਲ ਬਾਪ ਰਿਆਸਤ ਜਿੰਨੇ ਵੀ ਮੈਂਬਰ ਜਿੰਨੇ ਵੀ ਖੜੇ ਆ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਵੀਰੇ ਕੁਰਸੀਆਂ ਖਾਲੀ ਆ, ਮਿਹਰਬਾਨੀ ਕਰਕੇ ਕੁਰਸੀਆਂ ਤੇ ਜ਼ਰੂਰ ਬਹਿ ਜਾਓ। ਹਾਂਜੀ ਓਏ ਲੱਡੂ
ਜੀ ਇੱਕ ਵਾਰੀ ਤਾੜੀ ਮਾਰ ਦੋ ਧੀਆਂ ਨੂੰ ਪਿਆਰ ਕਰਨ ਵਾਲੇ।